ਕਰਨਾਲ ਦੇ ਵਿੱਚ ਉਹਦਾ ਪ੍ਰੋਗਰਾਮ ਸੀ ਤੇ ਸਾਡੇ ਜਿਹੜੇ ਕਿਸਾਨ ਨੇ ਕਰਨਾਲ ਤੋਂ 15 ਕਿਲੋਮੀਟਰ ਦੀ ਦੂਰੀ ਤੇ ਇਕੱਠੇ ਹੋ ਰਹੇ ਸੀ। ਔਰ ਸ਼ਾਂਤਮਈ ਰਹਿ ਕੇ ਉਹਨਾਂ ਨੇ ਉਹਦਾ ਵਿਰੋਧ ਜਿਹੜਾ ਸੀ ਕਾਲੀਆਂ ਛੱਡੀਆਂ ਨਾ ਕਰਨਾ ਸੀ। ਪਰ ਪੁਲਿਸ ਨੇ ਕੀ ਕੀਤਾ ਕਿ ਉਥੇ ਟੋਲ ਪਲਾਜੇ ਤੇ ਕਰਨਾਲ ਤੋਂ 15 ਕਿਲੋਮੀਟਰ ਦੂਰ ਜਾ ਕੇ ਸਾਡੇ ਕਿਸਾਨਾਂ ਦਿੱਤੇ ਇਸ ਤਰ੍ਹਾਂ लाठी चार्ज ਕੀਤਾ ਜਿਵੇਂ ਕਿ ਵਿਦੇਸ਼ੀਆਂ ਦਿੱਤੇ ਕੀਤਾ ਜਾਂਦਾ ਔਰ ਸਭ ਤੋਂ ਦੁੱਖ ਦੀ ਗੱਲ ਕਿ ਸੀਨੀਅਰ ਅਫਸਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਅੱਜ ਇਹਨਾਂ ਨੂੰ ਸੁੱਖਿਆ ਨਹੀਂ ਜਾਣ ਦੇਣਾ ਪਾੜ ਦਿਓ ਸਿਰ ਇਹਨਾਂ ਦੇ ਲਾ ਦਿਓ ਆਓ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ लाठी चार्ज ਕਰਾ ਰਹੀ ਆ ਗ੍ਰਹਿ ਮੰਤਰੀ ਅਮਿਤ ਸ਼ਾ ਜਿਨੇ ਇੱਕ ਜੱਜ ਦਾ ਵੀ ਕਤਲ ਕਰਾ ਦਿੱਤਾ ਆਪ ਕਤਲ ਤੋਂ ਬਚਣ ਵਾਸਤੇ ਇਹ ਉਹ ਗ੍ਰਹਿ ਮੰਤਰੀ ਦੇ ਇਸ਼ਾਰਿਆਂ ਦੇ ਉੱਤੇ ਮੋਨੋਰ ਲਾਲ ਕਟੜ ਨੇ ਆਪਣੀ ਪੁਲਿਸ ਦੇ ਰਾਹੀਂ ਆਪਣੇ ਇਹ ਜਿਹੜੇ ਉਹਨਾਂ ਦੇ ਪੁਲਿਸ ਦੇ ਅਫਸਰ ਨੇ ਸਰੀਰ ਉਹਨਾਂ ਦੇ ਰਾਹੀਂ ਜਿਹੜਾ ਕਿਸਾਨਾਂ ਦੇ ਉੱਤੇ ਅੱਜ ਅਤਿਆਚਾਰ ਤੇ ਜ਼ੁਲਮ ਕੀਤਾ ਲਾਠੀਚਾਰ ਕੀਤਾ ਇਹ ਪਹਿਲਾਂ ਵੀ ਇਹਨੇ ਬੜਾ ਕੁਝ ਕੀਤਾ ਜਿਸ ਤਰ੍ਹਾਂ ਕਿ ਇਹਨਾਂ ਨੇ ਟੋਹਾਣੇ ਵੀ ਕੀਤਾ ਸਹਾਰ ਵੀ ਕੀਤਾ ਇਥੋਂ ਤੱਕ ਕਿ ਔਰਤਾਂ ਜਿਹੜੀਆਂ ਸਾਡੀਆਂ ਉਹਨਾਂ ਔਰਤਾਂ ਦੇ ਵੀ ਇਹਨਾਂ ਨੇ ਬਦਤਮੀਜ਼ੀ ਦੇ ਜਿਹੜੇ ਸੀ ਉਹ ਲਫ਼ਜ਼ ਬੋਲੇ ਮੁੜ ਕੇ ਮਾਫ਼ੀਆਂ ਮੰਗਣੀਆਂ ਪਈਆਂ ਕੇਂਦਰ ਸਰਕਾਰ ਨੂੰਖੱਟੜ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਕਿ ਜਿਹੜੇ ਬੰਦਿਆਂ ਨੇ ਅੱਜ ਇਹ ਕਹਿ ਕੇ ਸਾਡੇ ਕਿਸਾਨਾਂ ਦੇ ਉੱਤੇ लाठी चार्ज ਕਰਾਇਆ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਅੱਜ ਤੇ ਇਕੱਲੇ ਸੀ ਹਰਿਆਣੇ ਦੀ ਬੰਦੀ ਕਾਲ ਦਿੱਤੀ ਆ ਤੇ ਇਸ ਤੋਂ ਅੱਗੇ ਹੋਰ ਵੀ ਕੋਈ ਜੜਾ ਉਹ ਸੀ ਕਰ ਸਕਦਾ ਕੀ ਲੱਗਦਾ ਹੈ ਤੁਹਾਨੂੰ ਕਿ ਪੁਲਿਸ ਵਾਲਿਆਂ ਨੇ ਇਹ ਜਿਹੜਾ ਸਰਕਾਰ ਦੀ ਸ਼ੈਅ ਦੇ ਉੱਤੇ ਕੀਤਾ ਹੈ ਜਾਂ ਜਿਹੜਾ ਆ ਪੁਲਿਸ ਵਾਲੋ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਇਹ ਸੈੱਟ ਚੁੱਕਿਆ ਗਿਆ ਪੁਲਿਸ ਵੇਖੋ ਉਹ ਇੱਕ ਵਰਦੀ ਦੇ ਵਿੱਚ ਨੇ ਤੇ ਉਹ ਗੁਲਾਮ ਨੇ ਉਹਨਾਂ ਦੇ ਅਫਸਰ ਸ਼ਾਇਦ ਸਰਕਾਰਾਂ ਦੇ ਆ ਗੁਲਾਮ ਨੇ ਅਫਸਰ ਤੇ ਅਫਸਰਾਂ ਦੇ ਗੁਲਾਮ ਨੇ ਮਲਾਦ ਉਹਨਾਂ ਨੇ ਸਾਡੇ ਤੇ ਜੁਰਮ ਇਸ ਤਰ੍ਹਾਂ ਨਹੀਂ ਸੀ ਕਰਨਾ ਉਹ ਸਾਡੇ ਹੀ ਨੇ ਪਰ ਉਹਨਾਂ ਨੇ ਆਪਣੀਆਂ ਨੌਕਰੀਆਂ ਬਹਾਲ ਰੱਖਣ ਵਾਸਤੇ ਜਿਹੜਾ ਸੀ ਇਹ ਸਰਕਾਰ ਦੇ ਅਧਿਕਾਰੀਆਂ ਦੇ ਉੱਤੇ ਤੇ ਸੀਨੀਅਰ ਅਫਸਰਾਂ ਵੱਲੋਂ ਕਹਿਣ ਦੇ ਉੱਤੇ ਜਿਹੜਾ ਇਹ ਅਤਿਆਚਾਰ ਤੇ ਜੁਰਮ ਜਿਹੜਾ ਇਹ ਸਾਡੇ ਤੇ ਜਿਹੜਾ ਕੀਤਾ ਇਹ ਸਰਕਾਰ ਨੇ ਕਿਹਾ ਨਾ ਕਿ ਉਹਨਾਂ ਨੇ ਪਰ ਉਹਨਾਂ ਦਾ ਵੀ ਫਰਜ ਬੰਦਾ ਸੀ ਕਿ ਇਸ ਤਰ੍ਹਾਂ ਜਿੱਦਾਂ ਉਹਨਾਂ ਨੇ ਸਿਰ ਪਾੜੇ ਨੇ ਜਿਵੇਂ ਬਾਵਾ ਭਣੀਆਂ ਨੇ ਜਿਵੇਂ ਸਾਡੇ ਅੱਜ ਕਿਸਾਨ ਜਿਹੜੇ ਨੇ ਬਹੁਤ ਸੀਰੀਅਸ ਜਿਹੜੇ ਹਸਪਤਾਲਾਂ ਦੇ ਵਿੱਚ ਦਾਖਲ ਪਏ ਨੇ ਪੁਲਿਸ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਪਰ ਇਹ ਪੁਲਿਸ ਨੇ ਜੋ ਕੀਤਾ ਗਲਤ ਕੀਤਾ ਅਸੀਂ ਇਹਦੀ ਨਿਖੇਦੀ ਕਰਦੇ ਹਾਂ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਦੀ ਕੀ ਇਹਦੇ ਪਿੱਛੇ ਪਲੈਨਿੰਗ ਹੈਗੀ ਆ ਕਿ ਦੋਨੋਂ ਤਰਫ ਚੱਲ ਰੰਦੀ ਆ ਇੱਕ ਤਰਫ ਗੱਲ ਉਹ ਦੂਸਰੀ ਤਰਫ लाठी चार्ज ਦੇਖੋ ਮੈਂ ਤੁਹਾਨੂੰ ਇੱਕ ਸਪਸ਼ਟ ਕਰਨ ਜਾਉਣਾ ਤੇ ਜਿਹੜੀ ਕੇਂਦਰ ਸਰਕਾਰ ਹੈ ਇਹਦੇ ਨਾਲ 11-12 ਮੀਟਿੰਗਾਂ ਹੋ ਚੱਕੀਆਂ ਔਰ ਇਹ ਮੰਨ ਚੁੱਕੇ ਸੀ ਕਿ ਇਹ ਕਾਨੂੰਨ ਗਲਤ ਨਹੀਂ ਤੇ ਤੁਸੀਂ ਇਹਨਾਂ ਦੇ ਵਿੱਚ ਇੱਕੋ ਗੱਲ ਕਹਿੰਦੇ ਸੀ ਕਿ ਐਮੈਂਡਮੈਂਟ ਕਰਾ ਅਸੀਂ ਕਿ ਆ ਵੀ ਜਦੋਂ ਹੈ ਹੀ ਗਲਤ ਨੇ ਐਮੈਂਡਮੈਂਟ ਕਿਉਂ ਜਦੋਂ ਤੁਸੀਂ ਸਾਡੇ ਵਾਸਤੇ ਬਣਾਏ ਨੇ ਅਸੀਂ ਨਹੀਂ ਚਾਹੁੰਦੇ ਕਿਉਂ ਤੁਸੀਂ ਰਾਜ ਦਿਓ ਪਰ ਇਹ ਫਿਰ ਉਸ ਤੋਂ ਬਾਅਦ ਮੁਕਰ ਗਿਆ ਅਸਲ ਗੱਲ ਇਹ ਆ ਕਿ ਇਹਨਾਂ ਦੇ ਮਨਸੂਬੇ ਬੜੇ ਵੱਡੇ ਨੇ ਉਹਨਾਂ ਨੇ ਸਾਡੇ ਤੇ ਬਹੁਤ ਕੋਸ਼ਿਸ਼ ਕੀਤਾ ਬੜੇ ਮਾਰ ਕੀਤੇ ਆ ਪਰ ਇੱਕ ਵੀ ਉਹਨਾਂ ਦਾ ਸਿਰੇ ਨਹੀਂ ਚੜਿਆ ਤੇ ਹੁਣ ਉਹ ਇਸ ਗੱਲ ਤੇ ਹੋਸ਼ੇ ਧਿਆਰਾਂ ਤੇ ਆ ਗਿਆ ਵੀ ਆਪ ਇਹਨਾਂ ਤੇ ਲਾਠੀ ਚਾਰਜ ਕਰੋ ਤੇ ਜਿਹੜੇ ਨੌਜਵਾਨ ਨੇ ਅੱਗੋਂ ਪੱਥਰबाजी ਕਰਨਗੇ ਤੇ ਅਸੀਂ ਕਵਾਂਗੇ ਜੀ ਵੀ ਇਹ ਨੌਜਵਾਨ ਜਿਹੜੇ ਸੀ ਉਹ ਦੀਆਂ ਤੁਹਾਨੂੰ ਪਤਾ ਕਿ ਆਪ ਤੇ ਉਹਨਾਂ ਨੇ ਵੀਡੀਓ ਬਣਾ ਕੇ ਅੱਜ ਹਰ ਬੰਦੇ ਕੋਲ ਕੈਮਰਾ ਤੇ ਇਸ ਤਰ੍ਹਾਂ ਦੀ ਇਹਨਾਂ ਦੀ ਇੱਕ ਸਾਜ਼ਿਸ਼ ਹੈ ਇਸੇ ਤਰ੍ਹਾਂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਉੱਥੇ ਵੀ ਇੱਕ ਸੋਚ ਹੈ ਕਿ ਜਦੋਂ ਅਸੀਂ ਨੌਜਵਾਨਾਂ ਇੱਥੇ ਪੰਜਾਬ ਯੂਨੀਵਰਸਿਟੀ ਇਲੈਕਸ਼ਨ ਨਹੀਂ ਕਰਾਵਾਂਗੇ ਨੌਜਵਾਨ ਧਰਨੇ ਦੇਣਗੇ ਅਤੇ ਉਹ ਜਿਹੜੇ ਨੌਜਵਾਨ ਨੇ ਉਹਨਾਂ ਉੱਤੇ ਜਦੋਂ ਲਾਠੀ ਚਾਰਜ ਹੋਵੇਗਾ ਸਭ ਕੋ ਹੋਗਾ ਤੇ ਉਹ ਨੌਜਵਾਨ ਜਿਹੜੇ ਤੈਂਸ਼ ਵਿੱਚ ਆ ਕੇ ਅੱਗੇ ਸਭ ਕੁਝ ਕਰਨਗੇ ਸਰਕਾਰਾਂ ਕੀ ਸੋਚਦੀਆਂ ਨੇ ਕਿ ਜੇਕਰ ਲਾਠੀ ਚਾਰਜ ਕਰਾਂਗੇ ਤਾਂ ਕਿਸਾਨ ਡਰ ਜਾਣਗੇ ਕਿਸਾਨ ਡਰ ਚੜ ਗਏ ਇਹ ਕਿਵੇਂ ਹੋ ਸਕਦਾ ਇਹ ਤਾਂ ਜਿੰਨਾ ਤਸ਼ੱਦਦ ਕਰਗੇ ਜਿੰਨਾ ਜ਼ੁਲਮ ਕਰਨਗੇ ਜਿੰਨਾਂ ਨੂੰ ਜਿੰਨਾ ਦਬਾਉਗੇ ਉਹਨਾਂ ਬੁੜਕਦੀ ਉਹ ਉਲੀ ਉੱਚੀ ਜਾਂਦੀ ਇਹ ਜਿੰਨਾ ਵੀ ਤਸ਼ੱਦਦ ਜ਼ੁਲਮ ਕਰਨਗੇ ਉਹਨਾਂ ਲੋਕਾਂ ਚ ਰੋ ਪੈਦਾ ਹੋਗਾ ਹਰਿਆਣਾ ਦੇ ਕਰਨਾਲ ਦੇ ਵਿੱਚ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਜਿਸ ਨੂੰ ਲੈ ਕੇ ਕਿਸਾਨ ਜਿੱਥੇ ਬੰਦਿਆ ਨੇ ਹਰਿਆਣਿਆਂ ਦੀਆਂ ਰੋਡ ਜਮ ਕਰਦੀ ਤਨੇ ਸਾਡੇ ਨਾਲ ਬਲਦੇਵ ਸਿੰਘ ਸਰਸਾ ਜੀ ਮੌਜੂਦ ਆ ਗੱਲਬਾਤ ਕਰਦੇ ਆ ਹਾਂਜੀ ਸਰਸਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੈ ਦੇਖੋ ਜੋ ਹਰਿਆਣਾ ਪੁਲਿਸ ਨੇ ਅੱਜ ਕੀਤਾ ਕਸਰ ਤੇ ਪਹਿਲਾਂ ਵੀ ਨਹੀਂ ਛੱਡ ਰਹੇ ਪਰ ਜੋ ਹਰਿਆਣਾ ਪੁਲਿਸ ਨੇ ਕੀਤਾ ਇਹ ਸਭ ਹੱਦਾ ਪੰਨੇ ਲੰਘ ਗਿਆ ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੇ ਕਰਨਾਲ ਦੇ ਵਿੱਚ ਉਹਦਾ ਪ੍ਰੋਗਰਾਮ ਸੀ ਤੇ ਸਾਡੇ ਜਿਹੜੇ ਕਿਸਾਨ ਨੇ ਕਰਨਾਲ ਤੋਂ 15 ਕਿਲੋਮੀਟਰ ਦੀ ਦੂਰੀ ਤੇ ਇਕੱਠੇ ਹੋ ਰਹੇ ਸੀ ਔਰ ਸ਼ਾਂਤਮਈ ਰਹਿ ਕੇ ਉਹਨਾਂ ਨੇ ਉਹਦਾ ਵਿਰੋਧ ਜਿਹੜਾ ਸੀ ਕਾਲੀਆਂ ਛਟੀਆਂ ਨਾ ਕਰਨਾ ਸੀ ਪਰ ਪੁਲਿਸ ਨੇ ਕੀ ਕੀਤਾ ਕਿ ਉਥੇ ਟੋਲ ਪਲਾਜੇ ਤੇ ਕਰਨਾਲ ਤੋਂ 15 ਕਿਲੋਮੀਟਰ ਦੂਰ ਜਾ ਕੇ ਸਾਡੇ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ लाठी चार्ज ਕੀਤਾ ਜਿਵੇਂ ਕਿ ਵਿਦੇਸ਼ੀਆਂ ਦੇ ਉੱਤੇ ਕੀਤਾ ਜਾਂਦਾ ਔਰ ਸਭ ਤੋਂ ਦੁੱਖ ਦੀ ਗੱਲ ਕਿ ਸੀਨੀਅਰ ਅਫਸਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਅੱਜ ਇਹਨਾਂ ਨੂੰ ਸੁੱਖਿਆ ਨਹੀਂ ਜਾਣ ਦੇਣਾ ਪਾੜ ਦਿਓ ਸਿਰ ਇਹਨਾਂ ਦੇ ਲਾ ਦਿਓ ਆਓ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ लाठी चार्ज ਕਰਾ ਰਹੀ ਆ ਔਰ ਇਹ ਸਾਰਾ ਇਹ ਮੈਂ ਸਮਝਦਾ ਹਾਂ ਕਿ ਜਿਹੜਾ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨੇ ਇੱਕ ਜੱਜ ਦਾ ਵੀ ਕਤਲ ਕਰਾ ਦਿੱਤਾ ਆਪ ਕਤਲ ਤੋਂ ਬਚਣ ਵਾਸਤੇ ਇਹ ਉਹ ਗ੍ਰਹਿ ਮੰਤਰੀ ਦੇ ਇਸ਼ਾਰਿਆਂ ਦੇ ਉੱਤੇ ਮੋਨੋਰ ਲਾਲ ਕਟੜ ਨੇ ਆਪਣੀ ਪੁਲਿਸ ਦੇ ਰਾਹੀਂ ਆਪਣੇ ਇਹ ਜਿਹੜੇ ਉਹਨਾਂ ਦੇ ਪੁਲਿਸ ਦੇ ਅਫਸਰ ਨੇ ਸਿਰੇ ਉਹਨਾਂ ਦੇ ਰਾਈ ਜਿਹੜਾ ਕਿਸਾਨਾਂ ਦੇ ਉੱਤੇ ਅੱਜ ਅਤਿਆਚਾਰ ਤੇ ਜ਼ੁਲਮ ਕੀਤਾ ਲਾਠੀਚਾਰ ਕੀਤਾ ਇਹ ਪਹਿਲਾਂ ਵੀ ਇਹਨੇ ਬੜਾ ਕੁਝ ਕੀਤਾ ਜਿਸ ਤਰ੍ਹਾਂ ਕਿ ਇਹਨਾਂ ਨੇ ਟੋਹਾਣੇ ਵੀ ਕੀਤਾ ਸਹਾਰ ਵੀ ਕੀਤਾ ਇਥੋਂ ਤੱਕ ਕਿ ਔਰਤਾਂ ਜਿਹੜੀਆਂ ਸਾਡੀਆਂ ਉਹਨਾਂ ਔਰਤਾਂ ਦੇ ਵੀ ਇਹਨਾਂ ਨੇ ਬਦਤਮੀਜ਼ੀ ਦੇ ਜਿਹੜੇ ਸੀ ਉਹ ਲਫ਼ਜ਼ ਬੋਲੇ ਮੁੜ ਕੇ ਮਾਫ਼ੀਆਂ ਮੰਗਣੀਆਂ ਪਈਆਂ ਇਸੇ ਤਰ੍ਹਾਂ ਇਹਨਾਂ ਨੇ ਸਰਸੇ ਵੀ ਕੀਤਾ ਗੱਡੀਆਂ ਦੇ ਸ਼ੀਸ਼ੇ ਆਪ ਭਨੇ ਸਾਡੇ ਕਿਸਾਨਾਂ ਦੇ ਉੱਤੇ 124A 307 ਦੇ ਪਰਚੇ ਦਰਜ ਕੀਤੇ ਜਿਨ੍ਹਾਂ ਨੂੰ ਨਜਾਜ਼ ਪੜ ਕੇ ਜੇਲ੍ਹ ਚ ਬੰਦ ਕੀਤਾ ਗਿਆ ਪਰ ਉਸ ਤੋਂ ਬਾਅਦ ਇਹਨਾਂ ਨੂੰ ਛੱਡਨੇ ਪਏ ਔਰ ਉਹ ਵੀ ਇਹਨਾਂ ਨੇ 50 ਦਿਨਾਂ ਬਾਅਦ ਜਿਹੜੇ ਸੀ ਛੱਡ ਦਿੱਤੇ ਇਹ ਵੀ ਇੱਕ ਮਿਸਾਲ ਹੈ ਜਦੋਂ ਉਥੇ ਮੈਨੂੰ ਭੋਖੜ ਤਾਲ ਰੱਖਣੀ ਪਈ ਤੇ ਅੱਜ ਜਿਹੜਾ ਇਹਨਾਂ ਨੇ ਕੀਤਾ ਇਹ ਬਹੁਤ ਇਹਨਾਂ ਨੇ ਸਾਡੇ ਤੇ ਜੁਰਮ ਤੇ ਤਿਆਚਾਰ ਕੀਤਾ ਜੋ ਕਿ ਇਹ ਸਾਇਆ ਇਹ ਅਸੀਂ ਇਹਦੀ ਜਿੱਤੇ ਨਖੇਦੀ ਕਰਦੇ ਆ ਉਥੇ ਇਹ ਕੇਂਦਰ ਸਰਕਾਰ ਨੂੰ ਖੱਟੜ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਕਿ ਜਿਹੜੇ ਬੰਦਿਆਂ ਨੇ ਅੱਜ ਇਹ ਕਹਿ ਕੇ ਸਾਡੇ ਕਿਸਾਨਾਂ ਦੇ ਉੱਤੇ लाठी चार्ज ਕਰਾਇਆ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਅੱਜ ਤੇ ਇਕੱਲੇ ਸੀ ਹਰਿਆਣੇ ਦੀ ਬੰਦੀ ਕਾਲ ਦਿੱਤੀ ਆ ਤੇ ਇਸ ਤੋਂ ਅੱਗੇ ਹੋਰ ਵੀ ਕੁਝ ਜਿਹੜਾ ਉਹ ਸੀ ਕਰ ਸਕਦੇ ਸਰਸਤੇ ਜੀ ਜੇ ਗੱਲ ਕਰੀਏ ਤੇ ਪਿਛਲੀ ਦਿਨੀ ਵੀਡੀਓ ਵੀ ਵਾਇਰਲ ਹੁੰਦੀਆਂ ਸੀ ਜਿਸ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪੁਲਿਸ ਵਾਲਿਆਂ ਨੂੰ ਰੋਟੀ ਛਕੋਂਦੇ ਲੰਗਰ ਛਕੋਂਦੇ ਨਜ਼ਰ ਆਏ ਪਰ ਕੀ ਲੱਗਦਾ ਤੁਹਾਨੂੰ ਕਿ ਪੁਲਿਸ ਵਾਲਿਆਂ ਨੇ ਇਹ ਜਿਹੜਾ ਸਰਕਾਰ ਦੀ ਸ਼ੈਅ ਦੇ ਉੱਤੇ ਕੀਤਾ ਹੈ ਜਾਂ ਜਿਹੜਾ ਆ ਪੁਲਿਸ ਵਾਲੋ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਇਸ ਚੱਕਿਆ ਗਿਆ ਪੁਲਿਸ ਵੇਖੋ ਉਹ ਇੱਕ ਵਰਦੀ ਦੇ ਵਿੱਚ ਨੇ ਤੇ ਉਹ ਗੁਲਾਮ ਨੇ ਉਹਨਾਂ ਦੇ ਅਫਸਰ ਸ਼ਾਇਦ ਸਰਕਾਰਾਂ ਦੇ ਆ ਗੁਲਾਮ ਨੇ ਅਫਸਰ ਤੇ ਅਫਸਰਾਂ ਦੇ ਗੁਲਾਮ ਨੇ ਮਲਾਦਮ ਉਹਨਾਂ ਨੇ ਸਾਡੇ ਤੇ ਜੁਰਮ ਇਸ ਤਰ੍ਹਾਂ ਨਹੀਂ ਸੀ ਕਰਨਾ ਉਹ ਸਾਡੇ ਹੀ ਨੇ ਪਰ ਉਹਨਾਂ ਨੇ ਆਪਣੀਆਂ ਨੌਕਰੀਆਂ ਬਹਾਲ ਰੱਖਣ ਵਾਸਤੇ ਜਿਹੜਾ ਸੀ ਇਹ ਸਰਕਾਰ ਦੇ ਅਧਿਕਾਰਿਆਂ ਦੇ ਉੱਤੇ ਤੇ ਸੀਨੀਅਰ ਅਫਸਰਾਂ ਵੱਲੋਂ ਕਹਿਣ ਦੇ ਉੱਤੇ ਜਿਹੜਾ ਇਹ ਅਤਿਆਚਾਰ ਤੇ ਜੁਰਮ ਜਿਹੜਾ ਇਹ ਸਾਡੇ ਤੇ ਜਿਹੜਾ ਕੀਤਾ ਇਹ ਸਰਕਾਰ ਨੇ ਕਰਾਇਆ ਨਾ ਕਿ ਉਹਨਾਂ ਨੇ ਪਰ ਉਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਇਸ ਤਰ੍ਹਾਂ ਜਿੱਦਾਂ ਉਹਨਾਂ ਨੇ ਸਿਰ ਪਾੜੇ ਨੇ ਜਿਵੇਂ ਬਾਵਾ ਭਣੀਆਂ ਨੇ ਜਿਵੇਂ ਸਾਡੇ ਅੱਜ ਕਿਸਾਨ ਜਿਹੜੇ ਨੇ ਬਹੁਤ ਸੀਰੀਅਸ ਜਿਹੜੇ ਹਸਪਤਾਲਾਂ ਦੇ ਵਿੱਚ ਦਾਖਲ ਪਏ ਨੇ ਪੁਲਿਸ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਪਰ ਇਹ ਪੁਲਿਸ ਨੇ ਜੋ ਕੀਤਾ ਗਲਤ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਪਿਛਲੇ ਦਿਨੀ ਖਬਰਾਂ ਦੇ ਵਿੱਚ ਇਹ ਚੀਜ਼ ਆਈ ਸੀ ਕਿ ਜਿਹੜੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਨੇ ਉਹਨਾਂ ਵੱਲੋਂ ਪੰਜ ਗੱਲਾਂ ਜਿਹੜੀਆਂ ਨੇ ਉਹ ਲਿਖ ਕੇ ਭੇਜੀਆਂ ਗਈਆਂ ਨੇ ਗ੍ਰਹਿ ਮੰਤਰੀ ਤੱਕ ਉਹ ਬਾਅਦ ਵਿੱਚ ਕਿਸਾਨਾਂ ਨਾਲ ਚਰਚਾ ਹੋਣੀ ਸੀ ਉਹਦੇ ਉੱਤੇ ਤਾਂ ਇੱਕ ਤਰਫ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਉਹ ਗੱਲ ਕਰਦੀ ਆ ਉਹ ਦੂਸਰੀ ਤਰਫ ਜਿਹੜਾ ਅੱਜ ਕਿਸਾਨਾਂ ਦੇ ਉੱਤੇ ਜਿਹੜਾ ਇਹਨਾਂ ਵੱਲੋਂ लाठी चार्ज ਕਰਵਾ ਦਿੱਤਾ ਗਿਆ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਦੀ ਕੀ ਇਹਦੇ ਪਿੱਛੇ ਪਲੈਨਿੰਗ ਹੈਗੀ ਆ ਕਿ ਦੋਨੋਂ ਤਰਫ ਚੱਲ ਰੰਦੀ ਆ ਇੱਕ ਤਰਫ ਗੱਲ ਉਹ ਦੂਸਰੀ ਤਰਫ लाठी चार्ज ਦੇਖੋ ਮੈਂ ਤੁਹਾਨੂੰ ਇੱਕ ਸਪਸ਼ਟ ਕਰਨ ਜਾਣਾ ਹਾਂ ਇਹ ਜਿਹੜੀ ਕੇਂਦਰ ਸਰਕਾਰ ਹੈ ਨਾ ਇਹਦੇ ਨਾਲ 11-12 ਮੀਟਿੰਗਾਂ ਹੋ ਚੱਕੀਆਂ ਔਰ ਇਹ ਮੰਨ ਚੁੱਕੇ ਸੀ ਕਿ ਇਹ ਕਾਨੂੰਨ ਗਲਤ ਨਹੀਂ ਤੇ ਤੁਸੀਂ ਇਹਨਾਂ ਦੇ ਵਿੱਚ ਇੱਕੋ ਗੱਲ ਕਹਿੰਦੇ ਸੀ ਕਿ ਐਮੈਂਡਮੈਂਟ ਕਰਾ ਲਓ ਅਸੀਂ ਕਿ ਆ ਵੀ ਜਦੋਂ ਹੈ ਹੀ ਗਲਤ ਨੇ ਐਮੈਂਡਮੈਂਟ ਕਿਉਂ ਜਦੋਂ ਤੁਸੀਂ ਸਾਡੇ ਵਾਸਤੇ ਬਣਾਏ ਨੇ ਅਸੀਂ ਨਹੀਂ ਚਾਹੁੰਦੇ ਕਿਉਂ ਤੁਸੀਂ ਰਾਜ ਦਿਓ ਪਰ ਇਹ ਫਿਰ ਉਸ ਤੋਂ ਬਾਅਦ ਮੁਕਰ ਗਿਆ ਅਸਲ ਗੱਲ ਇਹ ਆ ਕਿ ਇਹਨਾਂ ਦੇ ਮਨਸੂਬੇ ਬੜੇ ਵੱਡੇ ਨੇ ਜਿਸ ਤਰ੍ਹਾਂ ਕਿ ਇਹਨਾਂ ਨੇ 370 ਧਾਰਾ ਖਤਮ ਕੀਤੀ ਨੋਟਬੰਦੀ ਕੀਤੀ ਇਹਨਾਂ ਨੇ ਜਿਹੜੇ ਸੀ ਲੇਬਰ ਲਾਅ ਖਤਮ ਕੀਤੇ ਇਹਨਾਂ ਨੇ ਕਿਸਾਨਾਂ ਦੇ ਖਿਲਾਫ ਜਿਹੜੇ ਸੀ ਉਹ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਇਹਨਾਂ ਨੇ ਤੁਹਾਡੇ ਜਿਹੜੀਆਂ ਨੈਸ਼ਨਲ ਹਾਈਵੇ ਨੇ ਉਹਨਾਂ ਦੀਆਂ ਸਾਈਡਾਂ ਦੇ ਉੱਤੇ ਇਹਨਾਂ ਨੇ ਪੱਥਰ ਲਾਤੇ ਉਹਨਾਂ ਲੋਕਾਂ ਨੂੰ ਵੀ ਬੇਕਾਰ ਕਰਕੇ ਤੇ ਉੱਥੇ ਵੀ ਆਪਣੀਆਂ ਕੰਪਨੀਆਂ ਦੇ ਇਹਨਾਂ ਨੇ ਹੋਟਲ ਢਾਬੇ ਜਿਹੜੇ ਸੀ ਪੈਟਰੋਲ ਪੰਪ ਇਹਨਾਂ ਨੇ ਖੋਲਣ ਦੀ ਇਹਨਾਂ ਦੀ ਸਕੀਮ ਹੈ ਇਹਦੋਂ ਵੀ ਅੱਗੇ ਜਾ ਕੇ ਜਿਸ ਤਰ੍ਹਾਂ ਵੇਖੋ ਇਹਨਾਂ ਨੇ ਰੇਲਵੇ ਜਿਹੜਾ ਸੀ ਉਹ ਵੇਚਤਾ ਇਹ ਤਾਂ ਦੇਸ਼ ਦੀ ਹਰ ਚੀਜ਼ ਵੇਚੀ ਜਾ ਰਹੇ ਨੇ ਇਹ ਜਿਸ ਤਰ੍ਹਾਂ ਕਿ 에어ਪੋਰਟ ਵੀ ਗੈਰ ਰੇਲ ਗਈ ਹੈਲਥ ਡਿਪਾਰਟਮੈਂਟ ਚਲੇ ਗਿਆ ਐਜੂਕੇਸ਼ਨ ਡਿਪਾਰਟਮੈਂਟ ਚਲੇ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇਹ ਜਿਹੜੀ ਤੁਹਾਨੂੰ ਪਤਾ ਹੋਵੇਗਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਇਹ ਧਰਨਾ ਚੱਲ ਰਿਹਾ ਨੌਜਵਾਨਾਂ ਵੱਲੋਂ ਉਹ ਉਹਦੇ ਵੀ ਭਗਵਾ ਕਰਨ ਕੀਤਾ ਜਾ ਰਿਹਾ ਉਥੋਂ ਦੀਆਂ ਇਲੈਕਸ਼ਨਾਂ ਨਹੀਂ ਕਰਾਈਆਂ ਜਾ ਰਹੀਆਂ ਉਹ ਇਲੈਕਸ਼ਨਾਂ ਤਿੰਨ ਵਾਰਾਂ ਤਰੀਕਾਂ ਡਿਕਲੇਅਰ ਕਰਕੇ ਤੇ ਉਹ ਜਿਹੜੀ ਇਲੈਕਸ਼ਨ ਹੈ ਜਿਹੜੀ ਨਟਣ ਦੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਹੋਣ ਦੇ ਰਿਹਾ ਰਹੇ ਇਹਨਾਂ ਨੂੰ ਇਹ ਇੱਕੋ ਇੱਕ ਇਸ ਦੇ ਦਾ ਭਗਵਾ ਕਰਨ ਕਰਨ ਜਾ ਰਹੇ ਨੇ ਜਿਸ ਕਰਕੇ ਇਹ ਜਿਹੜੀ ਆ ਹਰ ਰੋਜ਼ ਕੋਈ ਨਾ ਕੋਈ ਚੱਦਾ ਜਰਮ ਤੇ ਨਵੇਂ ਤਨਵੇਂ ਕੰਨ ਕਰ ਰਹੇ ਨੇ ਔਰ ਜਿਹੜਾ ਅੱਜ ਦਾ ਇਹਨਾਂ ਨੇ ਕੀਤਾ ਤੇ ਜਾਂ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਯੂਨੀਵਰਸਿਟੀ ਜਿਹੜੇ ਧਰਨੇ ਚੱਲ ਰਹੇ ਨੇ ਉੱਥੇ ਲੈਕਚਰ ਨਹੀਂ ਹੋ ਗੀਆਂ ਇਹਨਾਂ ਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਹਨਾਂ ਨੂੰ ਇਹ ਆ ਕਿ ਕਿਸਾਨਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੋਈ ਬਹਾਨਾ ਨਹੀਂ ਦਿੱਤਾ ਇਹਨਾਂ ਨੂੰ ਇਸ ਸਾਡੇ ਸੰਘਰਸ਼ ਨੂੰ ਤੋੜਨ ਦਾ ਹਿੰਸਕ ਰੂਪ ਦੇਣ ਦਾ ਉਹਨਾਂ ਨੇ ਸਾਡੇ ਤੇ ਬਹੁਤ ਕੋਸ਼ਿਸ਼ ਕੀਤਾ ਬੜੇ ਬਾਹਰ ਕੀਤੇ ਆ ਪਰ ਇੱਕ ਵੀ ਉਹਨਾਂ ਦਾ ਸਿਰੇ ਨਹੀਂ ਚੜਿਆ ਤੇ ਹੁਣ ਉਹ ਇਸ ਗੱਲ ਤੇ ਹੋਸ਼ੇ ਧਿਆਰਾਂ ਤੇ ਆ ਗਿਆ ਵੀ ਆਪ ਇਹਨਾਂ ਤੇ ਲਾਠੀ ਚਾਰਜ ਕਰੋ ਤੇ ਇਹ ਜਿਹੜੇ ਨੌਜਵਾਨ ਨੇ ਅੱਗੋਂ ਪੱਥਰबाजी ਕਰਨਗੇ ਤੇ ਅਸੀਂ ਕਵਾਂਗੇ ਜੀ ਵੀ ਇਹ ਨੌਜਵਾਨ ਜਿਹੜੇ ਸੀ ਉਹਦੀਆਂ ਤੁਹਾਨੂੰ ਪਤਾ ਕਿ ਆਪ ਤੇ ਉਹਨਾਂ ਨੇ ਵੀਡੀਓ ਬਣਾ ਕੇ ਅੱਜ ਹਰ ਬੰਦੇ ਕੋਲ ਕੈਮਰਾ ਤੇ ਇਸ ਤਰ੍ਹਾਂ ਦੀ ਇਹਨਾਂ ਦੀ ਇੱਕ ਸਾਜ਼ਿਸ਼ ਹੈ ਇਸੇ ਤਰ੍ਹਾਂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਉੱਥੇ ਵੀ ਇੱਕ ਸੋਚ ਹੈ ਕਿ ਜਦੋਂ ਅਸੀਂ ਨੌਜਵਾਨਾਂ ਇੱਥੇ ਪੰਜਾਬ ਯੂਨੀਵਰਸਿਟੀ ਇਲੈਕਸ਼ਨ ਸਿੰਦੀ ਕਰਾਵਾਂਗੇ ਨੌਜਵਾਨ ਧਰਨੇ ਦੇਣਗੇ ਅਤੇ ਉਹ ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਤੇ ਜਦੋਂ लाठी चार्ज ਹੋਵੇਗਾ ਸਭ ਕੋ ਹੋਗਾ ਤੇ ਉਹ ਨੌਜਵਾਨ ਜਿਹੜੇ ਤੈਸ਼ ਵਿੱਚ ਆ ਕੇ ਅੱਗੇ ਸਭ ਕੁਝ ਕਰਨਗੇ ਤੇ ਇਹ ਜਿਹੜੀ ਸਾਰੀ ਕਾਰਵਾਈ ਆ ਇਹ ਜਿਹੜਾ ਮੋਰਚਾ ਹੁਣ ਤੱਕ ਸ਼ਾਂਤਮਈ ਚੱਲ ਰਿਹਾ ਇੰਨੇ ਲੰਬੇ ਸਮੇਂ ਤੋਂ ਇੰਨਾ ਸ਼ਾਂਤਮਈ ਇੰਨੇ ਗਿਣਤੀ ਦੇ ਵਿੱਚ ਇਹ ਉਹਨਾਂ ਨੂੰ ਬਹਾਨਾ ਨਹੀਂ ਬਣ ਰਿਹਾ ਤੇ ਇਹ ਨਵੇਂ-ਨਵੇਂ ਕੋਈ ਨਾ ਕੋਈ ਮਨਸੂਬੇ ਘੜ ਕੇ ਸਾਡੇ ਇਸ ਸੰਘਰਸ਼ ਨੂੰ ਫੇਲ ਕਰਨ ਲਈ ਤਾਰਪਿੰਡੂ ਕਰਨ ਲਈ ਇਹ ਸਾਜ਼ਸ਼ਾਂ ਰਚ ਰਹੇ ਨੇ ਤਾਂ ਹੀ ਇਹ ਅੱਜ ਦਾ ਜਿਹੜਾ लाठी चार्ज ਵੀ ਜਿਹੜਾ ਇਹ ਹੋਇਆ ਤੇ ਜਿਸ ਕਰਕੇ ਹੁਣ ਲੋਕਾਂ ਦੇ ਵਿੱਚ ਜਿਹੜਾ ਰੋਜੜਾ ਇਸ ਚੀਜ਼ ਦਾ ਬਹੁਤ ਤਦਾ ਸਰਕਾਰਾਂ ਕੀ ਸੋਚਦੀਆਂ ਨੇ ਕਿ ਜੇਕਰ ਲਾਠੀ ਚਾਰਜ ਕਰਾਂਗੇ ਤਾਂ ਕਿਸਾਨ ਡਰ ਜਾਣਗੇ ਕਿਸਾਨ ਡਰ ਚੜ ਗਏ ਇਹ ਕਿਵੇਂ ਹੋ ਸਕਦਾ ਇਹ ਤਾਂ ਜਿੰਨਾ ਤਸ਼ੱਦਦ ਕਰਗੇ ਜਿੰਨਾ ਜ਼ੁਲਮ ਕਰਨਗੇ ਗੇਂਦ ਨੂੰ ਜਿੰਨਾ ਦਬਾਓਗੇ ਉਹਨਾਂ ਬੁੜਕਦੀ ਉਹ ਉਨੀ ਉੱਚੀ ਜਾਂਦੀ ਹੈ ਇਹ ਜਿੰਨਾ ਵੀ ਤਸ਼ੱਦਦ ਜ਼ੁਲਮ ਕਰਨਗੇ ਉਹਨਾਂ ਲੋਕਾਂ ਚ ਰੋ ਪੈਦਾ ਹੋਗਾ ਸਾਡੇ ਵੱਲੋਂ ਕਾਲ ਸੀ ਹਰਿਆਣਾ ਬੰਦ ਕਰਨ ਦੀ ਜਦੋਂ ਉਹ ਲਾਠੀ ਚਾਰਜ ਆਇਆ ਉਸ ਤੋਂ ਬਾਅਦ ਅਸੀਂ ਹਰਿਆਣਾ ਬੰਦ ਕਰਨ ਦੀ ਕਾਲ ਜਿਹੜੀ ਆ ਸਾਡੇ ਕਿਸਾਨ ਦੀ ਡਾਊਨਲੋਡ ਕੀਤੀ ਆ ਪਰ ਰੋਪੜ ਤੋਂ ਕਰਾਲੀ ਰੋਡ ਦੇ ਉੱਤੇ ਜਿਹੜਾ ਟੋਲ ਪਲਾઝા ਉੱਥੇ ਕਿਸਾਨਾਂ ਨੇ ਆਪਣੇ ਆਪ ਉਹ ਜਿਹੜਾ ਸੀ ਉੱਥੇ ਜਾਮ ਲਾਤਾ ਮੇਰੀ ਉੱਥੇ ਕੁਲਵਿੰਦਰ ਸਿੰਘ ਜਿਹੜਾ ਸੀ ਉਹ ਉਹਨਾਂ ਦੇ ਨਾਲ ਗੱਲ ਹੋਈ ਪਲਸੌਰੇ ਨਦ ਉਹਨਾਂ ਨੂੰ ਇਹ ਗੱਲ ਉਹ ਕਰਨ ਲੱਗੇ ਜੇ ਅਸੀਂ ਇਹ ਬੰਦ ਕਰਤਾ ਮੈਂ ਕਿਹਾ ਵੀ ਕਾਕਾ ਅੱਜ ਤੁਸੀਂ ਬੰਦ ਨਾ ਕਰੋ ਅੱਜ ਜਿਹੜੀ ਕਾਰ ਹੈ ਉਹ ਸਿਰਫ ਰਿਆਣੇ ਦੀ ਆ ਤੇ ਜੇ ਸਾਡੀ ਮੰਗ ਜਿਹੜੀ ਹੈ ਨਹੀਂ ਮੰਨ ਜਾਂਦੀ ਜੇ ਇਹ ਸਰਕਾਰ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਫਿਰ ਅਸੀਂ ਅੱਗੇ ਕੋਈ ਐਸਕੇਐਨ ਵੱਲੋਂ ਮੀਟਿੰਗ ਕਰਕੇ ਪੂਰੇ ਭਾਰਤ ਬੰਦੀ ਕਾਲ ਦੇ ਸਕਦੇ ਹਾਂ ਪਰ ਅਜੇ ਹੀ ਖੋਲ ਦਿਓ ਪਰ ਉਹਨਾਂ ਨੌਜਵਾਨਾਂ ਨੇ 4 ਤੋਂ 5 ਵਜੇ ਤੱਕ ਮੇਰੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਰੋ ਰੱਖਿਆ ਲੋਕਾਂ ਦੇ ਵਿੱਚ ਤਾਂ ਰੋ ਪੈਦਾ ਆ ਰਿਹਾ ਲੋਕ ਤਾਂ ਸਾਨੂੰ ਉਹ ਉਹ ਮਤਲਬ ਕਿ ਇਸ ਗੱਲ ਦੇ ਉੱਤੇ ਸਾਡੇ ਨਾਲ ਖਬਾ ਨੇ ਵੀ ਸਾਨੂੰ ਛੁੱਟੀ ਕਿਉਂ ਨਹੀਂ ਦਿੰਦੇ ਤੁਸੀਂ ਅਸੀਂ ਵੀ ਇਹਨਾਂ ਨਾਲ ਕੁਝ ਕਰੀਏ ਪਰ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿ ਰਹਿਆ ਵੀ ਅਸੀਂ ਸ਼ਾਂਤ ਰਵਾਂਗੇ ਤੇ ਮੋਰਚਾ ਤਾਂ ਜਿੱਤਣਾ ਹੈ ਮੋਰਚਾ ਅਸੀਂ ਜਿੱਤਣਾ ਜਿੱਤਾਂਗੇ ਤਾਂ ਜੇ ਸ਼ਾਂਤ ਰਵਾਂਗੇ ਸਰਜਾ ਜੀ 2022 ਦੀ ਇਲੈਕਸ਼ਨ ਨੂੰ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਰਹਿ ਗਿਆ ਵੱਖ-ਵੱਖ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਕੀ ਮੋਦੀ ਸਰਕਾਰ ਇਸ ਚੀਜ਼ ਤੋਂ ਜਿਹੜਾ ਨਹੀਂ ਸੋਚਦੀ ਹੈਗੀ ਕਿ 2022 ਦੀ ਇਲੈਕਸ਼ਨ ਦੇ ਵਿੱਚ ਕਿਸਾਨ ਜਿਹੜਾ ਅਣ ਕਿ ਉਹਦਾ ਵਿਰੋਧ ਕਰਨਗੇ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਦੇ ਵਿਰੋਧ ਦੇ ਨਾਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਅਨ ਦੇਖੋ ਉਹਨਾਂ ਨੂੰ ਇਹ ਆ ਪਈ ਅਸੀਂ ਜਿਹੜੇ ਜਿਸ ਤਰ੍ਹਾਂ ਹੁਣ ਵੀ ਉਹਨਾਂ ਨੇ ਜਿਹੜੇ ਨੇ ਕਈ ਜਿਹੜੇ ਨੇ ਐਸ ਬਾਰੇ ਵੀ ਉਹਨਾਂ ਨੇ ਬਿਲ ਪਾਸ ਕਰ ਤੇ ਆ ਬਣਾ ਦਿੱਤੇ ਤੇ ਇਹ ਉਹਨਾਂ ਨੂੰ ਇਹ ਆਪ ਵੀ ਜੋ ਮਰਜ਼ੀ ਹੋ ਜਾਵੇ ਵੀ ਅਸੀਂ ਤੇ ਸਾਰਾ ਕਰ ਦੇਣਾ ਉਹਨਾਂ ਦੇ ਇਲੈਕਸ਼ਨ ਹੈ ਉਹਦਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਖਤਮ ਕਰ ਜਾ ਰਹੇ ਨੇ ਉਹ ਤਾਂ ਇੱਥੇ ਜਿਹੜਾ ਪ੍ਰੋਗਰਾਮ ਇੱਕੋ ਇੱਕ ਰਾਸ਼ਟਰਪਤੀ ਰਾਜ ਜਿਹੜਾ ਇਹ ਚੁਣੀ ਗਈ ਸਰਕਾਰ ਮੁੜ ਕੇ ਵੋਟਾਂ ਉਹਨਾਂ ਨੂੰ ਤੇ ਇਹ ਆਪੇ ਅਸੀਂ ਵੋਟਾਂ ਆਲਾ ਸਮਾਂ ਜਿਹੜਾ ਉਹ ਨਹੀਂ ਦੇਣਾ ਵੋਟਾਂ ਪੈਣੇ ਨਹੀਂ ਦੇਣੀਆਂ ਇਹਨਾਂ ਦੀ ਤਾਂ ਸਕੀਮ ਹੀ ਜਿਹੜੀ ਆ ਉਹ ਹੋ ਰਹੀ ਸੱਸਾ ਜੀ ਜਿਸ ਤਰ੍ਹਾਂ ਤੁਸੀਂ ਜਿਹੜੀਆਂ ਪਿਛਲੀਆਂ ਇਲੈਕਸ਼ਨ ਹੋਈਆਂ ਉਹਨਾਂ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾ ਕੇ ਕਿਸਾਨਾਂ ਨੇ ਜਿਹੜਾ ਆ ਮੋਦੀ ਸਰਕਾਰ ਦੇ ਖਿਲਾਫ ਪ੍ਰਚਾਰ ਕੀਤਾ ਸੀ ਕਿ 2022 ਦੀ ਇਲੈਕਸ਼ਨ ਨੂੰ ਲੈ ਕੇ ਵੀ ਤੁਸੀਂ ਇਸ ਤਰ੍ਹਾਂ ਵਕ ਵਕ ਸੂਬਿਆਂ ਦੇ ਵਿੱਚ ਜਾ ਕੇ ਬੀਜੇਪੀ ਦੇ ਖਿਲਾਫ ਜਿਹੜਾ ਉੱਥੇ ਜਾ ਕੇ ਆਪਣਾ ਪ੍ਰਚਾਰ ਕਰੋਗੇ ਜੀ ਹਾਂ ਅਸੀਂ ਯੂਪ ਮਿਸ਼ਨ ਰੱਖਿਆ ਯੂਪ ਮਿਸ਼ਨ ਦੇ ਤਹਿਤ 5 ਸਤੰਬਰ ਨੂੰ ਮਜੱਫਰ ਨਗਰ ਦੇ ਵਿੱਚ ਇੱਕ ਮਹਾ ਪੰਚਾਇਤ ਜਿਹੜੀ ਆ ਕਿਤੇ ਜਾ ਰਹੀ ਆ ਉਹਦੇ ਸਬੰਧ ਵਿੱਚ ਜਿਹੜੇ ਨੇ ਉਹ ਮੈਨੂੰ ਬਹੁਤ ਸਾਰੇ ਫੋਨ ਆਜੇ ਵੀ ਜਿਸ ਤਰ੍ਹਾਂ ਕਰੋੜਕੀ ਦੇ ਕੋਲੋਂ ਰੁਦਰਪੁਰ ਕੋਲੋਂ ਮਲਕੇ ਹੋਰ ਕਾਫੀ ਥਾਵਾਂ ਤੋਂ ਜਿਹੜੇ ਸੀ ਉਹ ਫੋਨ ਜਿਹੜੇ ਨੇ ਉਹ ਆ ਰਹੇ ਨੇ ਵੀ ਆਓ ਆਪਾਂ ਸਾਰੇ ਰਲ ਕੇ ਤੇ ਇੱਥੇ ਤੁਸੀਂ ਸਿੱਖ ਸਮਾਜ ਨੂੰ ਲਾਹਮਤ ਕਰਕੇ Hindu ਸਮਾਜ ਨੂੰ ਲਾਹਮਤ ਕਰਕੇ ਕਿਸਾਨਾਂ ਨੂੰ ਲਾਹਮਤ ਕਰਕੇ ਤੇ ਜਿਹੜਾ ਇੱਥੇ ਜਿਹੜੀ ਇਹ 5 ਤਰੀਕ ਦੀ ਜਿਹੜੀ ਮਹਾ ਪੰਚਾਇਤ ਅਸੀਂ ਕੀਤੀ ਜਾ ਰਹੀ ਆ ਜਿਹੜਾ ਯੂਪੀ ਮਿਸ਼ਨ ਅਸੀਂ ਲੈ ਕੇ ਚੱਲ ਰਹੇ ਆ ਜਿਹਦੇ ਅਸੀਂ ਯੂਪੀ ਮਿਸ਼ਨ ਦੇ ਇੱਥੇ ਭਾਜਪੀ ਦੀਆਂ ਜੜੀਆਂ ਨੇ ਉਹ ਇੱਥੇ ਇਹਨਾਂ ਨੂੰ ਧੂੜ ਚਟਾਉਣ ਵਾਸਤੇ ਇਹਨਾਂ ਨੂੰ ਹਰਾਉਣ ਵਾਸਤੇ ਜਿਹੜਾ ਉਹ ਅਸੀਂ ਯੂਪੀ ਮਿਸ਼ਨ ਜਿਹੜਾ ਲੱਗੇ ਚੱਲ ਰਿਹਾ ਉਹਦੇ ਸਬੰਧ ਵਿੱਚ 5 ਸਤੰਬਰ ਨੂੰ ਜਿਹੜਾ ਉਹ ਅਸੀਂ ਮੁਜ਼ੱਫਰਨਗਰ ਜਿਹੜੀਆਂ ਉਹ ਪਹਿਲੀ ਮਹਾਪਰਚਾਇਤ ਸ਼ੁਰੂ ਕਰ ਜਾ ਰਹੇ ਸੋ ਇਹ ਸਨ ਸਾਡੇ ਨਾਲ ਬਲਦੇਵ ਸਿੰਘ ਸਰਸਾ ਜਿੰਨਾਂ ਵੱਲੋਂ ਕਿਹਾ ਗਿਆ ਕਿ ਅੱਜ ਤਾਂ ਹਰਿਆਣਾ ਜਾਮ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਬੰਦੀ ਕੋਲ ਦਿੱਤੀ ਜਾ ਸਕਦੀ ਹੈ ਔਰ ਇਹਨਾਂ ਨੇ ਯੂਪੀ ਮਿਸ਼ਨ ਦੀ ਵੀ ਗੱਲ ਕੀਤੀ ਹੈ ਕਿ 5 ਤਰੀਕ ਨੂੰ ਜਿਹੜਾ ਇਹਨਾਂ ਕਿਸਾਨਾਂ ਵੱਲੋਂ ਜਿਹੜਾ ਮਹਾਪੰਚਾਇਤ ਲਗਾਈ ਜਾਵੇਗੀ ਔਰ ਮੋਦੀ ਸਰਕਾਰ ਦਾ ਬੀਜੇਪੀ ਦਾ ਉੱਥੇ ਡਟ ਕੇ ਵਿਰੋਧ ਕੀਤਾ ਜਾਵੇਗਾ ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ ਦੇ ਨਾਲ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ ਕੈਮਰਾਮੈਨ ਅਜੀਤ ਸ਼ਰਮਾ ਦੇ ਨਾਲ ਅਜਨਾਲਾ ਤੋਂ ਪ੍ਰਦੀਪ ਪਰੋੜਾ ਦੀ ਵਿਸ਼ੇਸ਼ ਰਿਪੋਰਟ